ਸਾਡੇ ਕੋਲ ਦੋ ਸਿਲੰਡਰ ਨੇ, ਇੱਕ 35 ਲੀਟਰ ਵਾਲਾ ਅਤੇ ਇੱਕ 10 ਲੀਟਰ ਵਾਲਾ। ਅਸਲ 'ਚ 10 ਲੀਟਰ ਵਾਲਾ ਤਾਂ ਘੁੰਮਣ ਘੁਮਾਉਣ ਨੂੰ ਰੱਖਿਆ ਕਿ ਜਦੋਂ ਵੀ ਸੀਮਨ ਲੈਣ ਜਾਣਾ ਹੋਵੇ ਤਾਂ ਉਸ ਦੇ ਵਿੱਚ ਅਸੀਂ ਰੱਖ ਸਕਦੇ ਹਾਂ 10 ਲੀਟਰ ਵਾਲੇ ਦੇ ਵਿੱਚ। ਅਤੇ ਆ ਜੋ 35 ਲੀਟਰ ਵਾਲਾ ਸਿਲੰਡਰ ਹੈ, ਇਹ ਅਸੀਂ ਘਰ ਰੱਖਦੇ ਹਾਂ, ਇਹਦੇ ਵਿੱਚ ਸੀਮਨ ਹਮੇਸ਼ਾ ਸਟੋਰ ਰਹਿੰਦਾ। ਐਕਸਟਰਾ ਅਸੀਂ ਲੈ ਕੇ ਰੱਖਦੇ ਹਾਂ, ਜਦੋਂ ਵੀ ਕੋਈ ਵੀ ਬੁੱਲ ਪਸੰਦ ਹੈ ਅਸੀਂ ਸੀਮਨ ਲੈ ਲੈਂਦੇ ਹਾਂ। ਅਤੇ ਇਹਦੇ ਵਿੱਚੋਂ ਕੱਢ ਕੇ ਅਸੀਂ ਫਿਰ ਉਹਦੇ ਵਿੱਚ ਪਾ ਲੈਂਦੇ ਹਾਂ ਆਪਣੇ 10 ਲੀਟਰ ਵਾਲੇ ਵਿੱਚ, ਜਦੋਂ ਵੀ AI ਕਰਾਉਣੀ ਹੁੰਦੀ ਹੈ। ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਸੀਮਨ ਰੱਖਦੇ ਹਾਂ, ਬਾਕੀ ਸਾਰਾ ਸਟੋਰੇਜ ਵਾਸਤੇ ਅਸੀਂ ਵੱਡਾ ਸਿਲੰਡਰ ਰੱਖਿਆ। ਇਹੋ ਜਿਹੀਆਂ ਹੋਰ ਵੀਡੀਓਜ਼ ਵਾਸਤੇ ਥੱਲੇ ਮੇਰੇ ਚੈਨਲ ਦਾ ਲਿੰਕ ਹੈ, ਉਹ ਸਬਸਕ੍ਰਾਈਬ ਕਰ ਲਓ ਪਲੀਜ਼।